ਕਰਦੇ ਨੇ ਸੇਵਕ ਸਾਜਨ ਕੰਪਨੀ ਲੋਪੋ ਸਾਹਿਬ ਤੋਂ ਕੀਰਤਨ ਦੀ ਇਹ ਕੈਸਟ ਪ੍ਰਸੰਗ ਭਾਈ ਲਹਿਣਾ ਜੀ ਦਾ ਕੀਰਤਨੀ ਜਥਾ ਭਾਈ ਕਿੰਦਰ ਸਿੰਘ ਭਾਈ ਸਿੰਦਰ ਸਿੰਘ प्याला प्रेम दा तेरे गुण गाइए दिल चौंदे तेरे मिलने को ਬਖਸ਼ੀ ਕੁੰਡਲਾਂ ਵਾਲਿਆ ਬਖਸ਼ੋ ਲੋਪੋ ਵਾਲਿਆ ਸਾਨੂੰ ਚਰਨ ਕਮਲ ਕਾ
संगत जीओ श्री गुरु नानक महाराज की गुरबाणी खंडूर साहब रब की बख्शी हुई रूह कीर्तन कर रहे सी। हुण कीर्तन दे रसिए जिन्हां ते परमेश्वर की नज़र होवे ए कन्नी पेगी श्री लहणा जी दे। सारा कीर्तन सुन के लहणा जी ने नमस्कार किया। वो कहंदे गुरमुख प्यारिया अज इन्हां दी तूं बाणी उचारी है ये जोत मात लोक ते है। इन्हां दी बाणी तो यूं पता लगता भी जां तां शेषक भगवान इस तकां अनुभवना वाहिगुरु की सिफत करते जां बर्मा ने यह वेदां विच उस्तति कीती है। अकाल पुरख एक एक शब्द एक एक तुक सचखंड के नाल पौड़ियां लगाउंदी है सुरतियां पहुँचाउंदी है भी जिन्हां ने यह बाणी रची होगी वो खबरां किन्ने प्यारे होणगे। मैनू उन्हां दी बात दस। वो धन सिख है जिन्हां नूं इह जिहा सतगुरु धरती ते मिल गया होगा जिथे ब्रह्म ज्ञान का सूरज चढ़े है। तेनू उन्हां दे स्थान का पता है। वो कहिंदा भी हाँ प्यारे इस वेले निरंकार की जोत मात लोक दे उत्ते हाजर नाजर है। ननकाने विच उन्हां ने अवतार लिया है और गुरमुखां दे श्रोमणी है साक्षात विष्णु अवतार है। शांति दे सोमे एकती उन्हां दा अवतार निराला है जिथे समय समय अनुसार धनसवान पहन के आए। एकती उन्हां ने गरीबी की गदा पहनी हुई है। लहणा जी नूं सतगुरु की उस्तति बड़ी प्यारी लगी। बैठे बैठे ने नमस्कार करती कहिंदा ऐ प्रभु जो तेरे वचन सुनावे जो तेरी दस पावे मेरे दिल विच किन्ना सत्कार है उहदे वास्ते। ओनू पलकां दे फार सब सावा गल्लां जो सुनावे तेरियां ओनू पलकां दे फार सब सावा गल्लां जो सुनावे तेरियां पलकां दे फार सब सावा गल्लां जो सुनावे तेरियां ओनू पलकां दे फार सब सावा गल्लां जो सुनावे तेरियां पलकां दे फार सब सावा गल्लां जो सुनावे पालका दे
ਕਹਿੰਦੇ ਵੀ ਗੁਰਮੁਖ ਪਿਆਰੇ ਤੈਨੂੰ ਨਮਸਕਾਰ ਹੈ ਜਿਨ੍ਹਾਂ ਨੂੰ ਐਸੀ ਪਰਮੇਸ਼ਰ ਨੇ ਲਗਨ ਲਾਈ ਹੈ, ਜਿਨ੍ਹਾਂ ਨੇ ਮਨ ਐਸੀ ਇਲਾਹੀ ਬਾਣੀ ਦੇ ਨਾਲ ਜੋੜ ਲਿਆ ਹੈ। ਇਉਂ ਦੱਸ ਵੀ ਕਿਹੜੀ ਜਗ੍ਹਾ ਹੈ, ਮੈਂ ਤਾਂ ਹੁਣ ਦਰਸ਼ਨ ਕੀਤੇ ਬਿਨਾਂ ਨਹੀਂ ਰਹਿ ਸਕਦਾ। ਉਹ ਕਹਿੰਦੇ ਲੈਣਾ ਜੀ, ਤੁਸੀਂ ਜਾਣੇ ਤਾਂ ਹੁੰਦੇ ਹਾਂ ਦੁਰਗਾ ਦੇ ਦਰਸ਼ਨ ਕਰਨ ਵਾਸਤੇ। ਹਾਂਜੀ, ਰਸਤੇ ਵਿੱਚ ਆਉਂਦਾ ਕਰਤਾਰਪੁਰ ਬਸ ਉੱਥੇ ਜੋਤ ਬਿਰਾਜਮਾਨ ਹੈ। ਲੈਣਾ ਜੀ ਪ੍ਰਸੰਨ ਹੋ ਗਏ, ਦਿਲ ਵਿੱਚ ਚਾਹ ਹੈ ਵੀ ਘਰੋਂ ਦਰਸ਼ਨ ਕਰੀਏ। ਨਰਾਤੇ ਆ ਗਏ, ਸਾਰਾ ਸੰਗ ਯਾਤਰਾ ਵਾਸਤੇ ਤੁਰ ਪਿਆ ਅਤੇ ਲੈਣਾ ਜੀ ਨੇ ਘਰੋਂ ਹੀ ਨਮਸਕਾਰ ਕਰਤੀ। ਕਹਿੰਦੇ ਹੇ ਵਾਹਿਗੁਰੂ, ਜੇ ਤੂੰ ਅੰਤਰਜਾਮੀ ਹੈ ਇਸ ਬਾਣੀ ਨੂੰ ਰਚਣ ਵਾਲੇ ਤਾਂ ਮੈਨੂੰ ਦਰਸ਼ਨ ਬਖਸ਼ੋ, ਆਹ ਅਰਦਾਸ ਕੀਤੀ। ਜਦੋਂ ਇਹ ਸੰਗ ਕਰਤਾਰਪੁਰ ਪਹੁੰਚਿਆ ਤਾਂ ਅੱਗੋਂ ਸ੍ਰੀ ਗੁਰੂ ਨਾਨਕ ਮਹਾਰਾਜ ਸਮਝ ਗਏ ਵੀ ਸਾਡੇ ਰਾਜਯੋਗ ਦੇ ਧਨੀ ਆ ਰਹੇ ਆ। ਦੱਸਿਆ ਇਤਿਹਾਸ ਨੇ ਕਿ ਮਹਾਰਾਜ ਜੀ ਰਸਤੇ 'ਚ ਜਾ ਖੜ੍ਹੇ ਹੋਏ, ਸਾਰਿਆਂ ਨੂੰ ਨਵੇਕੜੇ ਹੋ ਕੇ ਲਹਿਣਾ ਜੀ ਨੂੰ ਮਿਲੇ। ਲਹਿਣਾ ਜੀ ਵੇਖ ਕੇ ਮਹਾਰਾਜ ਜੀ ਦਾ ਜਮਾਲ ਪ੍ਰਸੰਨ ਹੋ ਗਿਆ, ਦਿਲ ਵਿੱਚ ਪ੍ਰਤੀਤ ਹੋ ਗਈ ਵੀ ਕਰਤਾਰਪੁਰ ਤੈਨੂੰ ਦਰਸ਼ਨ ਹੋਣਗੇ। ਮਨ ਹੀ ਮਨ ਸੋਚ ਰਿਹਾ ਵੀ ਗੁਰੂ ਨਾਨਕ ਇਹਨਾਂ ਨੂੰ ਵੀ ਜ਼ਿਆਦਾ ਪਿਆਰੇ ਹੋਣਗੇ, ਗੁਰੂ ਨਾਨਕ ਦੇਵ ਜੀ ਇਹਨਾਂ ਨੂੰ ਵੀ ਜਦ ਮਨ ਮੋਹਣੇ ਹੋਣਗੇ। ਆਖਿਰ ਬੋਲ ਪਏ ਗੁਰੂ ਨਾਨਕ ਦੇਵ ਨੂੰ, ਕਹਿੰਦੇ ਮਹਾਂਪੁਰਸ਼ ਇੱਥੇ ਸਤਿਗੁਰੂ ਨਾਨਕ ਦੇਵ ਜੀ ਸੁਣੀਦੇ ਆ। ਮਹਾਰਾਜ ਹੱਸ ਪਏ, ਕਹਿੰਦੇ ਵੀ ਸਿੱਖਾ ਤੈਨੂੰ ਉਹਨਾਂ ਨਾਲ ਕੀ ਗਰਜ? ਕਹਿੰਦੇ ਜੀ ਮੈਂ ਦਰਸ਼ਨ ਕਰਨ ਵਾਸਤੇ ਆਇਆ। ਚੱਲ ਕਹਿੰਦੇ ਤੈਨੂੰ ਅਸੀਂ ਦਰਸ਼ਨ ਕਰਾਈਏ। ਦੱਸਿਆ ਮੂਹਰੇ ਮੂਹਰੇ ਸ੍ਰੀ ਗੁਰੂ ਨਾਨਕ ਦੇਵ ਜੀ, ਮਗਰ ਮਗਰ ਲਹਿਣਾ ਜੀ ਘੋੜੀ 'ਤੇ ਚੜ੍ਹੇ ਜਾਂਦੇ ਆ। ਅੱਗੋਂ ਮਹਾਰਾਜ ਸਾਰੇ ਨਾਲ ਕਹਿ ਗਏ ਲੈ ਵੀ ਗੁਰਮੁਖਾ ਇਹ ਬਹਨ ਤਾਂ ਆਪਦਾ ਇੱਥੇ ਬੇਰੀ ਨਾ ਬੰਨਦੇ ਅਤੇ ਸਾਹਮਣੇ ਨਾ ਸਟੇਜ ਉੱਪਰ ਕੀਰਤਨ ਹੋਈ ਜਾਂਦਾ ਅਤੇ ਉੱਥੇ ਮਹਾਰਾਜ ਜੀ ਵਿਰਾਜਮਾਨ ਹੈ, ਤੂੰ ਦਰਸ਼ਨ ਕਰ ਲਾ। ਦੂਜੇ ਪਾਸੇ ਦੀ ਹੋ ਕੇ ਮਹਾਰਾਜ ਜੀ ਸਟੇਜ 'ਤੇ ਜਾ ਵਿਰਾਜਮਾਨ ਹੋਏ। ਲਹਿਣਾ ਜੀ ਨੇ ਜਦੋਂ ਨਮਸਕਾਰ ਕਰਕੇ ਤੱਕਿਆ ਦਿਲ 'ਚ ਹੈਰਾਨ ਹੋਈ ਜਾਂਦਾ ਵੀ ਹੈ ਇਹ ਤਾਂ ਉਹੀ ਹੈ ਜਿਹੜੇ ਮੈਨੂੰ ਕਰਤਾਰਪੁਰ ਵੜਨ ਤੋਂ ਪਹਿਲਾਂ ਮਿਲੇ ਅਤੇ ਇਹ ਪੈਦਲ ਆਏ ਅਤੇ ਮੈਂ ਘੋੜੀ 'ਤੇ ਆਇਆ ਹੈ, ਮੈਥੋਂ ਇਹ ਅਵੱਗਿਆ ਕਿਉਂ ਹੋ ਗਈ? ਦੋ ਜਹਾਨ ਬਾਲੀ ਉਹ ਪੈਦਲ ਮੈਂ ਘੋੜੀ 'ਤੇ, ਮਨ ਹੀ ਮਨ ਸੋਚੀ ਜਾ ਰਿਹਾ। ਅੰਤਰਜਾਮੀ ਬੁੱਝ ਗਏ। ਮਹਾਰਾਜ ਕਹਿੰਦੇ ਸਿੱਖਾ ਤੇਰਾ ਕੀ ਨਾਂ? ਕਹਿੰਦਾ ਜੀ ਮੇਰਾ ਨਾਂ ਲਹਿਣਾ। ਪਹਿਲੀ ਵਾਰੀ ਮਹਾਰਾਜ ਨੇ ਕਹਿਤਾ ਚੰਗਾ ਪਿਆਰਿਆ ਜੇ ਲਹਿਣਾ ਹੈ ਤਾਂ ਅਸੀਂ ਤੇਰਾ ਦੇਣਾ। ਉਹ ਦਿਲ ਦੀ ਬਾਤ ਦੱਸਦੀ, ਕਹਿੰਦੇ ਇਉਂ ਕਰ ਸਿੱਖਾ, ਜਾ ਤੂੰ ਹੁਣ ਘਰੇ ਅਤੇ ਘਰਦਿਆਂ ਨੂੰ ਦੱਸਿਆ ਜੋ ਤੇਰੇ ਦਿਲ ਦੀ ਭਾਵਨਾ ਹੈ ਨਾ, ਘਰਦਿਆਂ ਨੂੰ ਦੱਸਿਆ ਉਹ ਤੈਨੂੰ ਡੀਕਣਗੇ, ਉਹਨਾਂ ਦੇ ਕੰਮ ਵਿੱਚ ਕੋਈ ਰਹਿ ਨਾ ਦੇਈਂ, ਜਾ ਦੱਸ ਕੇ ਆ। ਲਹਿਣੇ ਜੀ ਦੀ ਦਿਲ ਵਿੱਚ ਹੋਰ ਵੀ ਸ਼ਰਧਾ ਪੱਕੀ ਹੋ ਗਈ ਵੀ ਆਹ ਇੱਕ ਤਾਂ ਨੂਰੀ ਮੁਖੜਾ ਧਰਤੀ 'ਤੇ ਖੁਸ਼ਨ ਦਾ ਬਾਦਸ਼ਾਹ ਉਤਰਿਆ ਹੋਇਆ, ਦੂਜਾ ਜਾਮੀ ਮਹਾਰਾਜ ਦਰਸ਼ਨ ਕਰ ਰਿਹਾ, ਦਿਲ ਨਹੀਂ ਜਾਣ ਨੂੰ ਕਰਦਾ। ਕੀ ਕਹਿ ਰਿਹਾ ਉਹਦਾ ਦਿਲ? ਆਹ
ਤੁਹਾਨੂੰ ਵੇਖ ਵੇਖਨੀ ਰੱਜਦੇ ਮੇਰੇ ਨੈਣ ਸੁਆਮੀ ਜੀ ਗੁਫਤਾਰ ਵੀ ਨੂਰੀ ਜਿਵੇਂ ਸਵਾਮੀ ਮਹਾਰਾਜ ਦੀ ਸੀ ਉਹ ਫਿਰ ਦਿਲ ਤ੍ਰਿਪਤ ਨਹੀਂ ਹੁੰਦੇ ਹਰ ਵੇਲੇ ਪਿਆਸ ਲੱਗੀ ਰਹਿੰਦੀ ਹੈ ਦਰਸ਼ਨ ਕਰੀ ਜਾਜੇ ਬਚਨ ਸੁਣੀ ਜਾਜੇ ਆਖਿਰ ਸਤਿਗੁਰਾਂ ਦਾ ਬਚਨ ਮੰਨ ਕੇ ਲੈਣਾ ਜੀ ਘਰੇ ਆ ਗਏ ਕਰਦਿਆਂ ਨੂੰ ਦੱਸਤਾ ਮੇਰਾ ਤਾਂ ਕਹਿੰਦੇ ਜੀ ਹੱਜ ਹੋ ਗਿਆ ਮੈਂ ਤਾਂ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ ਹਾਂ ਅਤੇ ਸੇਤੀ ਕਰੋ ਬਹੁਤ ਘਰੋਂ ਅਮੀਰ ਸੀ ਕਹਿੰਦੇ ਗੁਰੂ ਕੇ ਸੇਤਰ ਵਾਸਤੇ ਰਾਸਣ ਬੰਨ ਦਿਓ ਘਰਦਿਆਂ ਨੇ ਬੜਾ ਸ਼ੁਕਰ ਮੰਨਿਆ ਵੀ ਠੀਕ ਹੈ ਭਾਵੇਂ ਅੱਗੇ ਦੇਵੀ ਦੀ ਪੂਜਾ ਕਰ ਰਹੇ ਸੀ ਪਰ ਜੋ ਕਲਿਆਣ ਹੈ ਮੁਕਤੀ ਹੈ ਇਹ ਤਾਂ ਸਤਿਗੁਰੂ ਬਿਨਾਂ ਨਹੀਂ ਮਿਲ ਸਕਦੀ ਘਰਦਿਆਂ ਨੇ ਹੁਕਮ ਮੰਨ ਕੇ ਗੁਰੂ ਕੇ ਸੇਤਰ ਵਾਸਤੇ ਰਾਸਣ ਬੰਨ ਦਿੱਤਾ ਵੇਖੋ ਕਿੱਡੀ ਨਜ਼ਰ ਮਿਲ ਗਈ ਘਰਦੇ ਕਹਿਣ ਲੱਗੇ ਜੀ ਅਸੀਂ ਆਪ ਛੱਡ ਕੇ ਕਰਤਾਰਪੁਰ ਛੱਡਿਆ ਜੇ ਰਾਸਣ ਗੁਰੂ ਕੇ ਲੰਗਰ ਦਾ ਮਹਾਰਾਜ ਕਹਿੰਦੇ ਪਿਆਰਿਓ ਜਿਹਨੂੰ ਕੋਈ ਗੁਪਤ ਖਜ਼ਾਨਾ ਮਿਲੇ ਭਲਾ ਉਹ ਕਿਸੇ ਨੂੰ ਦੇ ਸਕਦਾ ਉਹ ਕਹਿੰਦੇ ਜੀ ਨਹੀਂ ਦੇ ਸਕਦਾ ਕਹਿੰਦੇ ਫਿਰ ਇਹ ਗੁਰੂ ਘਰ ਦੀ ਸੇਵਾ ਕਰਨੀ ਰਾਸਣ ਪਾਉਣਾ ਨਿਰਮਾਣ ਹੋ ਕੇ ਦਾਨ ਕਰਨਾ ਇਹ ਤਾਂ ਗੁਪਤ ਦੌਲਤ ਹੈ ਮੈਂ ਤੁਹਾਨੂੰ ਕਿਉਂ ਦੇਵਾਂ ਕੈਨ ਗੁਪਤ ਦੌਲਤਾਂ ਕੈਨ ਗੁਪਤ ਦੌਲਤਾਂ ਸਿਪਦੀਆਂ ਤੇ ਤਨ ਕਰਮ ਵਾਲੇ ਵੇਖੇ ਕੋਈ ਕੋਈ ਵੇਚ ਬਹਿੰਦੇ ਆਦੀਨ ਇਮਾਨ ਬਹੁਤੇ ਸੰਗ ਸ਼ਰਮ ਵਾਲੇ ਵੇਖੇ ਜੀਵਨ ਜੇਲ ਵਾਂਗੂ ਬੀਤੇ ਬਾਤਿਆਂ ਦਾ ਤੇ ਸਫਲ ਜਨਮ ਵਾਲੇ ਵੇਖੇ ਕੋਈ ਕੋਈ ਮੀਮ ਕਰਕੇ ਤੂੰ ਦਰਬਾਰ ਸਿੰਘਾ ਤੇ ਜਲਬੇ ਬਰਮ ਵਾਲੇ ਵੇਖੇ ਕੋਈ ਕੋਈ ਇਹ ਤੁਕ ਬੋਲ ਕੇ ਸਿਰ 'ਤੇ ਰਾਸਣ ਚੱਕ ਲਿਆ ਗੁਰੂ ਕੇ ਸੇਤਰ ਦਾ ਕਰਤਾਰਪੁਰ ਪਹੁੰਚ ਗਏ ਅੱਗੇ ਸਤਿਗੁਰੂ ਜੀ ਘਰੇ ਨਹੀਂ ਸੀ ਮਾਤਾ ਸੁਲੱਖਣੀ ਤੋਂ ਪੁੱਛਿਆ ਗੁਰੂ ਕੇ ਲੰਗਰ 'ਚ ਰਾਸਣ ਪਾਤਾ ਮਾਤਾ ਜੀ ਸਤਿਗੁਰੂ ਜੀ ਕਿੱਥੇ ਆ ਮਾਤਾ ਜੀ ਕਹਿਣ ਲੱਗੇ ਗੁਰਮੁਖਾ ਸਤਿਗੁਰੂ ਜੀ ਤਾਂ ਲੰਗਰ ਦੀ ਸੇਵਾ ਕਰਾ ਰਹੇ ਆ ਧਾਨ ਸੰਗਤ ਗੁੱਡਣ ਵਾਸਤੇ ਆਈ ਹੈ ਉੱਥੇ ਹੈ ਤਾਂ ਲੈਣਾ ਜੀ ਤਾਂ ਗੁਰਸੰਗਤ ਜੀਓ ਮਹਾਰਾਜ ਕੋਲੇ ਪਹੁੰਚ ਗਏ ਤੇ ਮਹਾਰਾਜ ਜੀ ਨੇ ਬੁੱਕਲ 'ਚ ਲਿਆ ਕਹਿੰਦੇ ਸੁਣਾ ਪਿਆਰੇ ਆ ਗਿਆ ਹਾਂ ਮਹਾਰਾਜ ਜੀ ਮੇਰਾ ਮਨ ਤਾਂ ਤੁਹਾਡੇ ਚਰਨਾਂ 'ਚ ਹੀ ਸੀ ਇੱਕ ਤੁਹਾਡਾ ਹੁਕਮ ਵਜਾਉਣ ਗਿਆ ਸੀ ਮਹਾਰਾਜ ਜੀ ਮੈਨੂੰ ਵੀ ਆ ਗਿਆ ਦਿਓ
मैं भी आ करमा वाले सिखां दे नाल सेवा करा। तम है तेरे सिख जेड़े तेरी नजर थले है महाराज दे। हां सिखा तू भी कर ला सेवा। लेना जी ने सेवा तां की करनी सी प्यारे, वो सानू दसना सी भी हत्थी सेवा करन नाल मन नीवा हुंदा। हत्थी सेवा करनी नीवा होके एक तप है। महाराज ने फिर हाक मार ली, कहिंदे लेना ए तेरी ड्यूटी नहीं प्यारे, आ यूं कर गुआं वास्ते घा ले जा घरे। महाराज जी ने पंड बन के घा दी, लैणा जी नूं चकाती आ ते मगरी आप तुर पे। जदों घा दी पंड गुआं मूहरे सिटी ते लैणा जी दे रेशमी जामा पाया सी ते सिटे जामे ते पए। माता सुलक्षणी कहिंदी स्वामी जी सोडा किहो जिहा सुभा, वेखो अमीर पुत्र है किसे बादशाह दा साहिबजादा लगदा, ते तुसी घा दी पंड चकाती इन्हां नूं गां नूं क्यों आया करनगे इह जे सिख, होर थोड़े सेवक सीगे। महाराज हस पे कहिंदे करमां वालिए तेनू इस भेत का नहीं पता, तेनू घा दी पंड लगती है। ये घा दी पंड नहीं, ये तो त्रिलोकी का सतर आ जिन्हों तू चिकड़ क्या, ये केसर क्यौड़ा है। ये पंड नू मैं होर कीरे सिर ते रखदा, मैनू चकन वाला कोई दिसया ही नहीं गा महाराज रमज मार गए। इस बात नू माता जी भी समझ गए। लैणा जी ने महाराज जी के चरणों से उठ के नमस्कार की, तन है सच्चे पातशाह, तन है तेरा बिरध, दिन रात सेवा च बतीत करता। उधर देवी का संग करन गए, सारा संग नाल दा वो वापस आ गया। कहिंदे लैणा जी आओ चल गए हुण नगरां नूं। वो कहिंदे प्यारिओ सानू तां घर मिल गया, तुसी हुण जाओ, साडी यात्रा मंजूर हो गई, सानू काबा मिल गया, दिल दी नमाज मिल चुकी है, असी सौदा कर लिया। कहिंदे प्यारे वो सौदा कहदा कर लिया लैणा जी? कहिंदे सतगुरु दे दर्शन दा, ते दित्ता की है इन्हां नूं? दिता कहिंदे ऊ तां मेरे कोल है नहीं कीमत, आ दिल है जे मंजूर कर लैण तां। कीर्तन हर रोज़ सुनदा सी गुरु अंगद देव जी, और सिखां नूं रमज विच कहा पेपर बानू दिल दे के असी दी दसोदा कर बैठे, पेपर बानू दिल दे के असी दी दसोदा कर बैठे, पेपर बानू दिल दे के असी दी दसोदा कर बैठे, पेपर बानू दिल दे के असी दी दसोदा कर बैठे, पेपर बानू दिल दे के दी दसोदा कर बैठे, पेपर बानू दिल दे के दी दसोदा कर बैठे, पेपर बानू दिल दे के दी दसोदा कर बैठे, पेपर बानू दिल दे के असी दी दसोदा कर बैठे। अलफ ऐन किताबां से सब ठप कर दे, इकू अलफ पुकारा चुप करके, ते पूजा पवे न किसे दी होर करनी, इकू की मना ले चुप करके, चौना जितना जे सारी दुनिया नू, कोई मन समझा चुप करके, दिले उरी दे सतगुरु दी दरबार संगा,
तस्वीर मिसाला की कर बेपरवानू दिल दे के पढ़ना पढ़ाना समाप्त हो गया प्यारे लैणा जी सारे संग नूं बड़े प्रेम नाल तोरना है ते वापस मुड़ गए। एक दिन लैणा जी की वेख रहे आ कि महाराज जी दे पए आ ते चरण हिली जा रहे है। जदों महाराज जी उठ के विराजमान होए लैणे ने बेनती की सच्चे पातशाह जीओ अज मैं एक कौतक वेख्या तुसी आराम कर रहे सी जिस वेले थोड़े महाराज जी चरण हिलदे से कहिंदे इउं है अंगद जी गोबत हस्तियां ना उह सेवा करन आउंदियां दर्शन करन आउंदियां ते तैनूं उहनां हस्तियां दे दर्शन भी होया करनगे। हुण माता सुलक्खणी भी समझ के जिहड़े हर वेले कोले रखदे है भी इहनां नूं महाराज जी जरूर आपदा अंग बनाउणगे। माता जी ने बेनती करती सच्चे पातशाह पुत्रां वल भी नज़र रखियो। महाराज कहिंदे करमां वालीए इह तां कोई दुनियावी मर्तबा नहीं गा इह तां दात है दाते दी उहदे हथ है वड्याइयां असीं सोनू विखा के सब कुछ फेर निरना करांगे। एक दिन कहिंदे आश्रम दे विच इक जानवर मृत्यु होया पिया ते माता सुलक्खणी जी वेख रहे आ श्री चंद जी आ रहे कहिंदे बेटा हाँ महाराज कहिंदे आ जानवर चक के परां सेम सिटियो। वो कहिंदे जी इत्थे वाह होर सेवादार होणगे उहनां नूं कह दिओ सानूं कम। फिर लक्ष्मी दास नूं कहा लक्ष्मी दास जी आ कहिंदे बेटा जानवर चक के परां सिट दिओ। वो कहिंदे जी सतगुर दे साहिबजादे हो के साथों ही इहो जिहा कम करवाउणा। फिर अंगद देव नूं कहा अंगद हाँ स्वामी जी कहिंदे बेटा जानवर सिट दो चक के सत वचन कह के कह नहीं दिता पहला चक के जानवर नूं सिटिया। ये सतगुरु जी वेखदे हुंदे आ। लोपो साहब दी सानूं बात सुनाईए सतगुरु जी आश्रम दे विच घूमदे फिरदे सी ते मैनूं माइयां इधरों भागी क्या तो सी उन्होंने महाराज की यह साखी सुनाई कहिंदे गिंदर महाराज जी दे असी मगर तुरे अजे ते मूहरे तोता पिया है मृत्यु होया ते महाराज ने इशारा किया भी सिखो आए कहा उन्होंने आखे इन्हू सिटिया उपर चक। एक माई ने दसिया कहिंदे गिंदर मैं तोता चक लिया जदों सेम सिटन लगी ना फर्र करके उठ गया है जग जीवन दाता। माता सुलक्खणी नूं महाराज ने विखाउणा सी। थोड़े दिन बाद महाराज जी ने कटोरा सी कांसी का वो चिकड़ सिड़ दिता दोहां साहिबजादों नूं कहा उन्होंने बड़े सोहने जवाब दिते कहिंदे जी ले दसो दो पैहां दा कटोरा असीं सोडे आखे लीड़े पिउण लगे आ होर थोड़े सेवादार फिरदे आ सेवादार नहीं कहा उन्होंने होर ही लफ्ज वरत्या लैणा जी वाला सारा ही कीता सने रेशमी चोले साल मारी उन्होंने तो हुक्म पालन दी सी। सतगुरु जी ने फिर होर नज़ारा विखाया। एक दिन अमृत वेले का टाइम है 16 साल की कन्या
सूहे सूहे वस्त्र पाए है, गुरु नानक महाराज के दर ते झाड़ू दिंदी फिरदी है। लैणा जी बड़े हैरान होए भी ये तो भवानी लगती है। असी जाते होंगे सी यात्रा करन, उत्थे सिर्फ प्रतिमा ही वेखी सी, फोटो ही वेखी सी, आ साक्षात भवानी के दर्शन हो गए। बड़ा प्रसन्न होया, कहिंदा माता जी तुसी कौन? वो कहिंदे जी मैं दुर्गा हाँ। तुसी माता जी? कहिंदे ओ है लैणे जो कहिंदे मेरा प्रताप है ना, असी आप दे भगतां नूं पुत्र धन दौलत सुख सम्मति बख्शदे आ। आही कहिंदे इहदे दर ते झाड़ू मार के कणका ले जांदे आ। असी लैणे नूं सोझी आ गई भी हाँ, एक दर्शन कर चुका सी गुप्त हस्तियां दे, वर्मा विष्णु महेश सतगुरु दे दर ते महाराज की परिक्रमा करके इन्होंने नमस्कार की। नाए लैणा जी महाराज जी के वास्ते रावी तो स्नान लैन जा रहे है। नाए दिल विच गाउंदे जांदे आ वी आ वी हे वाहिगुरु मैं तेरा धन्नवाद करां कि गुरु नानक महाराज का करां, पहला तेरा ही धन्नवाद है जिसने एडा सतगुरु मिलाया, फिर सतगुरु का करां जिन्हें बेपरवाह नूं मिलाया। ते दिल विच इउं गाउंदा जांदा करो सारे जाने रसना पवित्र। नमस्कार है आद्यों कारताई, नमस्कार है विश्वास ना भर गया।